ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗੂ ਆਪਾਂ ਪੰਥ ਦੇ ਮਹਾਨ ਜਰਨੈਲ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਹਿਬ ਜੀ ਦੀ ਬਰਸੀ ਸੰਬੰਧ ਵਿੱਚ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਨ ਵਾਸਤੇ ਇਕੱਠੇ ਹੁੰਦੇ ਹਾਂ। ਤਲਵੰਡੀ ਸਾਹਿਬ ਦਾ ਜੀਵਨ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਪੰਜਾਬ ਦੇ ਸਿਆਸਤ ਵਿੱਚ ਹਿੱਸਾ ਲੈਣਾ ਅਤੇ ਕਿਵੇਂ ਕਿਵੇਂ ਉਹਨਾਂ ਨੇ ਅਕਾਲੀ ਦਲ ਦੀ ਵਿੱਚ ਕੁਰਬਾਨੀਆਂ ਵਿੱਚ ਹਿੱਸਾ ਲਿਆ ਤੁਸੀਂ ਸਾਰੇ ਜਾਣਦੇ ਹੋ। ਮੈਂ ਕਈ ਵਾਰ ਜਦੋਂ ਸੈਂਟਰ ਦੇ ਕਈ ਪਾਰਟੀਆਂ ਦੇ ਲੀਡਰਾਂ ਨਾਲ ਵਿਚਾਰਾਂ ਹੁੰਦੀਆਂ, ਮੈਂ ਉਹਨਾਂ ਨੂੰ ਇੱਕ ਗੱਲ ਬਹੁਤ ਵੱਡੀ ਪੱਧਰ 'ਤੇ ਉਹਨਾਂ ਨੂੰ ਦੱਸੀ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਆਹ ਪਾਰਟੀ ਇਕੱਲੀ ਪਾਰਟੀ ਹੈ ਹਿੰਦੁਸਤਾਨ ਨਹੀਂ ਦੁਨੀਆ 'ਚ ਜਿਹਨਾਂ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ। ਕਿਤੇ ਕਾਂਗਰਸ ਨੂੰ ਸ਼ਹੀਦਾਂ ਦੀ ਜਥੇਬੰਦੀ ਕੋਈ ਨਹੀਂ ਕਹਿੰਦਾ, ਨਾ ਬੀਜੇਪੀ ਨੂੰ ਕਹਿੰਦਾ, ਨਾ ਕਾਮਰੇਡਾਂ ਨੂੰ ਕਹਿੰਦਾ, ਨਾ ਕੋਈ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਕਹੂਗਾ, ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 97 ਸਾਲ ਪੁਰਾਣੀ ਪਾਰਟੀ ਹੈ, ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼ਹਾਦਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰਾਂ ਦਿੱਤੀਆਂ। ਆਜ਼ਾਦੀ ਦੇ ਬਾਅਦ ਵੀ ਸਭ ਤੋਂ ਵੱਧ ਕੁਰਬਾਨੀਆਂ ਸ਼ਹਾਦਤਾਂ ਗਰੀਬ ਕਿਸਾਨ ਮਜ਼ਦੂਰ ਵਾਸਤੇ, ਪੰਜਾਬ ਵਾਸਤੇ, ਕੌਮ ਵਾਸਤੇ ਜੇ ਦਿੱਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਅਤੇ ਲੀਡਰਾਂ ਨੇ ਕੀਤੀਆਂ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ 30-35 ਸਾਲ ਦਾ ਇਤਿਹਾਸ ਦੇਖੋ, 4-5 ਵੱਡੇ ਨਾਂ ਤੁਹਾਡੇ ਲੀਡਰਾਂ ਲੀਡਰਸ਼ਿਪ 'ਚ ਆਉਣਗੇ। ਜਸਦਾ ਜਗਦੇਵ ਸਿੰਘ ਤਲਵੰਡੀ ਸਾਹਿਬ ਜੀ ਦਾ, ਤੌੜਾ ਸਾਹਿਬ ਜੀ ਦਾ, ਲੌਂਗੋਵਾਲ ਸਾਹਿਬ ਦਾ, ਬਰਨਾਲਾ ਸਾਹਿਬ ਦਾ ਅਤੇ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ। ਜੇ ਇਹਨਾਂ ਤੁਸੀਂ ਲੀਡਰਾਂ ਦੇ ਜੀਵਨ ਦੇਖੋ, ਇਹਨਾਂ ਲੀਡਰਸ਼ਿਪ ਨੇ ਦਾ ਪਰਿਵਾਰ ਸਹੀ ਮਿਹਨਤ ਦੇ ਪਰਿਵਾਰ ਵਰਕਰ ਸੀ, ਸਹੀ ਮਿਹਨਤ ਉਹਨਾਂ ਦਾ ਪਰਿਵਾਰ ਪੰਜਾਬ ਦੀ ਜਨਤਾ ਸੀ, ਕੌਮ ਸੀ, ਆਪਣੇ ਪਰਿਵਾਰ ਨਾਲ ਉਹਨਾਂ ਨਾਲ ਕੋਈ ਲਗਾ ਨਹੀਂ ਸੀ। ਮੈਂ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੀ ਇਲੈਕਸ਼ਨ ਦੀ ਗੱਲ ਕਰ ਲੈਣਾ, ਬਾਦਲ ਸਾਹਿਬ ਦੀ ਸੋਚ। 8:30 ਵਜੇ ਸਾਡੇ ਲੰਬੀ ਹਲਕੇ 'ਚ SSP ਨੇ ਨਾਲ ਅੱਗੇ ਲੱਗ ਕੇ, ਪੁਲਿਸ ਨਾਲ ਲੱਗ ਕੇ 200 ਲੋਕ ਕਾਂਗਰਸੀ ਗੁੰਡੇ ਕਿਰਪਾਨਾਂ ਲੈ ਕੇ ਬੂਥ ਕੈਪਚਰ ਕਰ ਗਏ। ਅੱਧੇ ਘੰਟੇ ਬਾਅਦ ਬਾਦਲ ਸਾਹਿਬ ਨੂੰ ਖਬਰ ਆਈ ਕਿ 7-8 ਪਿੰਡਾਂ 'ਚ ਉਹਨਾਂ ਨੇ ਕਬਜ਼ਾ ਕਰ ਲਿਆ ਪੁਲਿਸ ਨਾਲ। ਬਾਦਲ ਸਾਹਿਬ ਮੇਰੇ ਕੋਲ ਆਏ, ਮੈਂ ਅਖਬਾਰ ਪੜ੍ਹ ਰਿਹਾ ਸੀ, ਮੈਨੂੰ ਪਤਾ ਨਹੀਂ ਸੀ, ਸਿੱਧਾ ਇਹਨਾਂ ਨੂੰ ਟੈਲੀਫੋਨ ਆਇਆ। ਮੈਨੂੰ ਕੀ ਕਹਿੰਦੇ, ਦੇਖੋ 93 ਸਾਲ ਪੁਰਾਣੇ ਉਹ ਬਜ਼ੁਰਗ ਹੈ, ਕਹਿੰਦੇ ਕਾਕਾ ਮੈਂ ਹੁਣ ਪਿੰਡਾਂ ਚੱਲਿਆ। ਮੈਂ ਕਿਹਾ ਕਿਵੇਂ ਚੱਲਿਆ? ਕਹਿੰਦਾ ਜੀ ਉਹਨੇ ਬੂਥ ਕੈਪਚਰ ਕੀਤਾ, ਆਪਣੇ ਬੰਦਿਆਂ ਨੂੰ ਵਰਕਰ ਨੂੰ ਮਾਰਿਆ, ਮੈਂ ਘਰੇ ਨਹੀਂ ਰਹਿ ਸਕਦਾ। ਦੇਖੋ ਇੱਕ 93 ਸਾਲ ਦਾ ਬਜ਼ੁਰਗ ਕਹਿੰਦਾ ਮੈਂ ਘਰੇ ਨਹੀਂ ਰਹਿ ਸਕਦਾ।
ਬਾਦਲ ਸਾਹਿਬ ਨੇ ਡੀ ਜੀ ਪੀ ਨੂੰ ਕਿਹਾ ਅਤੇ ਆਈ ਜੀ ਨੂੰ ਕਿਹਾ, ਕਹਿੰਦਾ ਤੁਸੀਂ ਚੂੜੀਆਂ ਪਾ ਲਓ, ਮੈਂ ਚੱਲਿਆ ਹੁਣ ਆਪਣੇ ਵਰਕਰਾਂ ਦੇ ਨਾਲ ਲੱਗੇ। ਤੁਸੀਂ ਦੇਖੋ 93 ਸਾਲ ਦੇ ਬਜ਼ੁਰਗ ਕਹਿੰਦੇ, ਅਤੇ ਮੈਂ ਅਤੇ ਬਾਦਲ ਸਾਹਿਬ ਫਿਰ ਨਿਕਲੇ। ਉਹਦੇ ਬਾਅਦ ਕਾਂਗਰਸੀ ਗਾਇਬ ਹੋ ਗਏ। ਆ ਕਾਂਗਰਸੀ ਜਾਖੜ ਕੀ ਕਹਿੰਦਾ ਸੀ, ਅਕਾਲੀਆਂ ਨੂੰ ਹੁਣ ਪਿੰਡਾਂ 'ਚ ਨਹੀਂ ਵੰਡ ਦੇਣਗੇ। ਜੇ ਅਕਾਲੀਆਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ, ਫਿਰ ਤੁਹਾਨੂੰ ਬੂਥ ਕੈਪਚਰ ਕਰਨ ਦੀ ਕੀ ਲੋੜ ਪਈ ਹੈ? ਫਿਰ ਤਾਂ ਤੁਸੀਂ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਇੰਨੀਆਂ ਵੋਟਾਂ ਪਾ ਦੇਣੀਆਂ ਸੀ, ਫਿਰ ਬੂਥ ਕੈਪਚਰ ਕਿਉਂ ਕਰਨ ਦੀ ਲੋੜ ਪਈ? ਆ ਜਿਹੜੇ ਜਾਲੀ ਜੇ ਬਿਠਾਏ ਇਹਨਾਂ ਨੇ ਕਾਂਗਰਸੀ ਜਥੇਦਾਰ, ਕਹਿੰਦੇ ਫਰੀਦਕੋਟ ਇਕੱਠ ਨਹੀਂ ਕਰਨ ਦੇਵਾਂਗੇ। ਅਤੇ ਜਦੋਂ ਲੱਖਾਂ ਦੀ ਤਾਦਾਦ 'ਚ ਸ਼੍ਰੋਮਣੀ ਅਕਾਲੀ ਦਲ ਦੀ ਫੌਜ ਪਹੁੰਚੀ ਉਹ ਦਿਨ 'ਤੇ, ਅੱਜ ਦਿਨ ਕਿਤੇ ਬਿਆਨ ਦੇਖਿਆ ਇਹਨਾਂ ਦਾ, ਕਿਤੇ ਫੋਟੋ ਆਈ ਇਹਨਾਂ ਦੀ ਅਖਬਾਰ 'ਚ? ਚੁੱਪ ਕਰਕੇ ਬੈਠੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ। ਵਰਕਰ ਹੈ, ਐਜ ਏ ਵਰਕਰ ਹੈ, ਜਿਹਨਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ। ਮੈਨੂੰ ਮਾਣ ਹੈ ਕਿ ਉਸ ਬਹਾਦਰ ਕੌਮ ਦੀ ਅਗਵਾਈ ਕਰਨ ਨੂੰ ਦਾਸ ਨੂੰ ਮੌਕਾ ਮਿਲਿਆ, ਪਹਿਲੇ ਸਵਰਗੀ ਜਸਦਾ ਤਲਵੰਡੀ ਸਾਹਿਬ ਨੂੰ ਮੌਕਾ ਮਿਲਿਆ ਸੀ। ਆਹ ਕਿਸੇ ਦੀ ਜਾਇਦਾਦ ਨਹੀਂ ਹੈ, ਆਹ ਕੌਮ ਦੀ ਜਾਇਦਾਦ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਾਇਦਾਦ ਹੈ। ਰਣਜੀਤ ਸਿੰਘ ਅਤੇ ਜਗਜੀਤ ਸਿੰਘ ਖੜੇ ਆ ਮੇਰੇ ਨਾਲ, ਇਹਨਾਂ ਦੇ ਬਜ਼ੁਰਗ ਦੀ ਅਗਵਾਈ ਕਰ ਰਹੇ ਸੀ, ਬਰਨਾਲਾ ਸਾਹਿਬ ਨੇ ਅਗਵਾਈ ਕੀਤੀ, ਤਾਂ ਆਪਣੇ ਲੌਂਗੋਵਾਲ ਸਾਹਿਬ ਨੇ, ਸੰਤ ਲੌਂਗੋਵਾਲ ਜੀ ਨੇ ਅਗਵਾਈ ਕੀਤੀ, ਮਾਸਟਰ ਤਾਰਾ ਸਿੰਘ ਜੀ ਨੇ ਕੀਤੀ ਸਾਰੇ। ਅੱਜ ਮੇਰੇ ਬਾਅਦ ਕੋਈ, ਬਾਦਲ ਸਾਹਿਬ ਨੇ ਮੇਰੇ ਪਿਤਾ ਨੇ ਕੀਤੀ, ਮੇਰੇ ਬਾਅਦ ਕੋਈ ਹੋਰ ਹੋਊਗਾ, ਉਹਦੇ ਬਾਅਦ ਕੋਈ ਹੋਰ ਹੋਊਗਾ, ਕੋਈ ਹੋਰ ਹੋਊਗਾ। ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ, ਕੌਮ ਦੀ ਜਥੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਤਕੜਾ ਤਾਂ ਕੌਮ ਤਕੜੀ ਹੈ, ਕੌਮ ਦੀ ਆਵਾਜ਼ ਹੈ। ਜਿਹੜੀ ਸਿਆਣੇ ਕਹਿੰਦੇ ਜਿਹੜੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੈ ਉਹ ਕੌਮ ਤਕੜੀ ਹੈ। ਅੱਜ ਭਾਵੇਂ ਆਪਣੀ ਸਿੱਖ ਕੌਮ 2% ਹੈ, 2% ਆਪਣੀ ਆਬਾਦੀ ਹੈ, ਪੂਰੇ ਹਿੰਦੁਸਤਾਨ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ, ਦੁਨੀਆ ਦੀ ਆਬਾਦੀ ਹਿਸਾਬ ਨਾਲ ਦੇਖੀਏ, ਪਰ ਕਿਉਂਕਿ ਆਪਾਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਸਾਰੇ ਉਹਨਾਂ ਦੇ ਅਕਾਲ ਤਖਤ ਸਾਹਿਬ ਨੂੰ ਦੇ ਥੱਲੇ ਆਪਾਂ ਇਕੱਠੇ ਹਾਂ। ਆਈ ਤਾਂ ਆਪਣੀ ਤਾਕਤ ਹੈ, ਕਈ ਅਜਿਹੀਆਂ ਕੌਮਾਂ ਜਿਨ੍ਹਾਂ ਦੀ ਕੋਈ ਲੀਡਰਸ਼ਿਪ ਨਹੀਂ, ਉਹ ਰੁਲਦੀਆਂ ਫਿਰਦੀਆਂ, ਸਾਰੇ ਉਹਨਾਂ ਨੂੰ ਡਰਾਉਂਦੇ ਹੈ, ਤੁਸੀਂ ਥੋੜ੍ਹੇ ਹੋ ਫਿਰ ਵੀ ਤੁਹਾਡੇ ਤਰਫ ਕੋਈ ਆਂਚ ਨਹੀਂ ਕਰਨ ਦਿੰਦਾ। ਜੇ ਆਪਣੇ ਵੀਰ ਸਿੱਕੇ ਵਿੱਚ, ਜੇ ਆਪਣੇ ਉੱਥੇ 100 ਘਰ ਸਿੱਖ ਕੌਮ ਦੇ ਰਹਿੰਦੇ ਹੈ, ਭੈਣ ਭਰਾ ਰਹਿੰਦੇ ਹੈ, ਜੇ ਉਹਨਾਂ ਨੂੰ ਮੁਸ਼ਕਿਲ ਆਉਂਦੀ ਹੈ, ਸਿੱਧੇ ਟੈਲੀਫੋਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਦਿੱਲੀ ਗੁਰਦੁਆਰਾ ਜਾਂ SGPC ਦੇ ਪ੍ਰਧਾਨ ਨੂੰ ਕਰਦੇ ਹੈ। ਨਾਲ ਦੇ ਨਾਲ ਅਸੀਂ ਉੱਥੇ ਪਹੁੰਚਦੇ ਹਾਂ, ਉਹਨਾਂ ਦੀ ਮੁਸ਼ਕਿਲ ਹੱਲ ਕਰਾਉਣੀ ਹੈ, ਭਾਵੇਂ ਮਣੀਪੁਰ ਹੋਏ, ਭਾਵੇਂ ਮਿਜ਼ੋਰਮ ਹੋਏ, ਭਾਵੇਂ ਆਸਾਮ ਹੋਏ, ਭਾਵੇਂ ਵੈਸਟ ਬੰਗਾਲ ਹੋਏ, ਜਿੱਥੇ ਵੀ ਆਪਣੀ ਕੌਮ ਨੂੰ ਕੋਈ ਮੁਸ਼ਕਿਲ ਆਈ, ਆਪਣੀ ਕੌਮ ਦੇ ਇੱਕ ਜੀ ਨੂੰ ਵੀ ਮੁਸ਼ਕਿਲ ਆਈ, ਉਹਦੀ ਆਵਾਜ਼ ਜੇ ਉਠਾਈ, ਉਹਦੀ ਲੜਾਈ ਲੜੀ, ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ। ਮੈਂ ਵਧਾਈ ਦੇਣਾ ਚਾਹੁੰਦਾ ਤੁਹਾਨੂੰ, ਤੁਸੀਂ ਲੜਾਈ ਲੜੀ ਹੈ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ, ਬੜੀ ਦਲੇਰੀ ਨਾਲ ਲੜੀ ਹੈ, ਬਹੁਤ ਦਲੇਰੀ ਨਾਲ ਲੜੀ ਹੈ। ਰਾਜ ਉਹਨਾਂ ਦਾ, ਉਹਨਾਂ ਨੇ ਬੜਾ
ਕਿਹਾ ਕਿ ਪਰਚੇ ਦੇ ਦਾਂਗੇ, ਇਹ ਕਰ ਦਾਂਗੇ, ਕੋਈ ਵਰ ਦਾਂਗੇ, ਪਰ ਕਿਸੇ ਨੇ ਪਰਵਾਹ ਨਹੀਂ ਕਰਤੀ। ਕਿੰਨੇ ਕੁ ਦੇ ਦੋਗੇ? ਮੇਰੇ ਦੇ ਹੀ ਪਰਚਾ ਦਿੱਤਾ, ਹਿੰਮਤ ਹੈ ਫੜਨ ਦੀ ਮੈਨੂੰ, ਆ ਜਾਓ। ਪਰਚੇ ਪੁਰਚੇ ਕੋਈ ਗੱਲ ਨਹੀਂ, ਪਰਚੇ ਸਾਰੀਆਂ ਪਰਚੀਆਂ ਬਣ ਜਾਣਗੀਆਂ। ਤੇ ਮੈਂ ਅੱਜ ਦੱਸਣਾ ਚਾਹੁੰਦਾ, ਅਫਸਰ ਸਾਹਿਬਾਨ ਜਿਨ੍ਹਾਂ ਨੇ ਝੂਠੇ ਕੇਸ ਕੀਤੇ, ਖਾਸ ਕਰਕੇ SSP ਜਿਹੜਾ ਸਾਡਾ ਮੁਕਤਸਰ ਵਾਲਾ, ਉਹਨੇ ਆਪ ਲਾਗੇ ਬੂਥ ਕੈਪਚਰਿੰਗ ਕੀਤੀ। ਜਦੋਂ ਸਰਕਾਰ ਆਪਣੀ ਬਣੀ, ਸਭ ਤੋਂ ਵੱਡੀ ਪਹਿਲੀ ਇਨਕੁਆਇਰੀ ਕੀਤੀ ਜਾਊਗੀ ਕਿਹੜੇ ਕਿਹੜੇ ਅਫਸਰਾਂ ਨੇ ਬੂਥ ਕੈਪਚਰਿੰਗ ਕੀਤੀ ਤੇ ਕਰਾਈ। ਐ ਨਾ ਸਮਝਿਓ ਤੁਸੀਂ ਹੁਣ SSP ਹੋ, ਜੇ ਜ਼ਿਲ੍ਹੇ 'ਚ SSP ਹੋ ਉੱਥੇ ਜ਼ਿਲ੍ਹੇ 'ਚ ਪਰਚਾ ਹੋਊਗਾ ਜਿੱਥੇ ਤੁਸੀਂ ਬੂਥ ਕੈਪਚਰਿੰਗ ਕੀਤੀ, ਉੱਥੇ ਹੀ ਫੜ ਕੇ ਤੁਹਾਨੂੰ ਘੜੀਸ ਕੇ ਉੱਥੇ ਥਾਣੇ ਤੁਹਾਨੂੰ ਲੈ ਕੇ ਜਾਵਾਂਗੇ। ਅਫਸਰ ਦਾ ਮਤਲਬ ਨਹੀਂ ਕਿ ਤੁਸੀਂ ਜੋ ਮਰਜ਼ੀ ਕਰ ਲਓ, ਕਾਨੂੰਨ ਤੋੜ ਲਓ। ਕਾਨੂੰਨ ਇੱਕ ਅਫਸਰ ਵਾਸਤੇ ਵੀ ਓਨਾ ਹੀ ਹੈ ਜਿੰਨੇ ਸਾਡੇ ਵਾਸਤੇ ਕਾਨੂੰਨ ਹੈ, ਓਨਾ ਹੀ ਕਾਨੂੰਨ ਅਫਸਰ ਵਾਸਤੇ ਹੈ। SSP ਇਹ ਨਾ ਸੋਚੇ ਕਿ ਮੈਂ SSP ਹੈ, ਮੈਂ ਧੱਕਾ ਵੀ ਕਰ ਸਕਦਾ, ਬੂਥ ਕੈਪਚਰ ਵੀ ਕਰ ਸਕਦਾ, ਗੋਲੀ ਵੀ ਚਲਾ ਸਕਦਾ, ਮਾਰ ਵੀ ਸਕਦਾ। ਨਹੀਂ ਸਕਦਾ। ਜਿਹੜੇ ਸੋਚਦੇ ਆ ਗਲਤ ਫਹਿਮੀ 'ਚ ਹੈ। ਆ ਸਮਾਂ ਮਿੰਟਾਂ 'ਚ ਟੱਪ ਜਾਂਦਾ, 2 ਸਾਲ ਤਾਂ ਮਿੰਟ 'ਚ ਟੱਪ ਗਏ। ਅਤੇ ਦੇਖੋ ਹੁਣੀ ਗੱਲਾਂ ਗੱਲਾਂ ਜੀ, ਅਗਲੇ 2-2.5 ਸਾਲ ਹੋਰ ਟੱਪ ਜਾਣੇ ਆ, ਫਿਰ ਕਿੱਧਰ ਜਾਣ ਗਿਆ। ਜਿਨ੍ਹਾਂ ਨੇ ਪਾਪ ਕੀਤਾ ਭੁਗਤਣਾ ਹੈ ਜ਼ਿੰਦਗੀ ਜੀ ਪੈਣਾ। ਕਿਤੇ ਐਂ ਨਹੀਂ ਸੋਚੋ ਕਿ ਅਸੀਂ ਪਾਪ ਕਰਕੇ ਭੱਜੋਂਗੇ। ਜਿਹੜਾ ਜ਼ੁਲਮ ਤੁਸੀਂ ਅਕਾਲੀ ਵਰਕਰ ਦੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਕਰ ਰਹੇ ਹੋ, ਉਹਨੂੰ ਭੁਗਤਣਾ ਤੁਹਾਨੂੰ ਪੈਣਾ। ਇਸ ਕਰਕੇ ਕੋਈ ਚਿੰਤਾ ਨਾ ਕਰੋ। ਦਾਸ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿੰਨੀਆਂ ਵੀ ਲੜਾਈਆਂ ਹੋਈਆਂ ਮੈਂ ਅੱਗੇ ਹੋ ਕੇ ਲੜੀਆਂ। ਮੈਂ ਰਾਜੇ ਵਾਂਗੂ ਨਹੀਂ, ਉਹ ਮਹਿਲਾਂ 'ਚ ਬੈਠਾ ਤਾਂ ਕਾਂਗਰਸੀ ਅਤੇ ਛਿੱਤਰ ਖਾਈ ਜਾਂਦੇ ਹੈ। ਇਸ ਕਰਕੇ ਜੇ ਅਸੀਂ ਲੜਦੇ ਹਾਂ ਤੁਸੀਂ, ਤੁਹਾਨੂੰ ਆਂਚ ਨਹੀਂ ਆਉਣ ਦਿੰਦੇ। ਅਸੀਂ ਜੇ ਤੁਹਾਡੇ ਹਮਲਾ ਹੋਇਆ, ਸਭ ਤੋਂ ਪਹਿਲੇ ਛਾਤੀ ਜੇ ਅੱਗੇ ਦਊਗਾ ਤਾਂ ਮੈਂ ਆਪ ਦਊਂਗਾ। ਇਸ ਕਰਕੇ ਅੱਜ ਆਪਾਂ ਉਸ ਮਹਾਨ ਇਨਸਾਨ ਨੂੰ ਯਾਦ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ, ਜਿਸ ਇਨਸਾਨ ਨੇ ਪੂਰੀ ਜ਼ਿੰਦਗੀ ਆਪਣੀ ਕੌਮ ਵਾਸਤੇ ਲਾ ਦਿੱਤੀ, ਪਾਰਟੀ ਵਾਸਤੇ ਲਾ ਦਿੱਤੀ। ਤਲਵੰਡੀ ਸਾਹਿਬ ਮੇਰੇ ਪਿਤਾ ਸਮਾਨ ਸੀ, ਅਤੇ ਮੈਂ ਸਹੀ ਮੈਂ ਕਹਿੰਦਾ, ਮੇਰੀ ਜੇ ਆਵਾਜ਼ ਉਠਾਉਂਦੇ ਸੀ, ਮੇਰੇ ਵਾਸਤੇ ਜੋ ਆਵਾਜ਼ ਉਠਾਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ, ਸਰਦਾਰ ਜਗਦੇਵ ਸਿੰਘ ਤਲਵੰਡੀ ਸਾਹਿਬ ਪਹਿਲੇ ਲੀਡਰ ਸਨ ਜਿਨ੍ਹਾਂ ਨੇ ਮੇਰੀ ਆਵਾਜ਼ ਉਠਾਈ। ਮੈਂ ਦਿਲ ਦੀ ਗਰਾਈ ਤੋਂ ਉਹਨਾਂ ਦਾ ਰਿਣੀ ਹੈ। ਉਹਨਾਂ ਦੇ ਬੇਟੇ ਸਰ ਰਣਜੀਤ ਸਿੰਘ ਜੀ, ਸਰ ਜਗਜੀਤ ਸਿੰਘ ਜੀ, ਰਣਜੀਤ ਸਿੰਘ ਜੀ ਤਾਂ ਸਿਆਸਤ 'ਚ ਹੈ, ਸਰ ਜਗਜੀਤ ਸਿੰਘ ਜੀ ਧਾਰਮਿਕ ਖੇਤਰ 'ਚ ਹੈ। ਦੋਨੋਂ ਹੀ ਆਪਣੀ ਜ਼ਿੰਮੇਵਾਰੀ ਪਾਰਟੀ ਦੀ ਸੰਭਾਲ ਲਿਆ। ਮੈਂ ਉਹਨਾਂ ਦੇ ਉਹਨਾਂ ਦਿਲੋਂ ਧੰਨਵਾਦ ਕਰਦਾ। ਜੋ ਵੀ ਸੇਵਾ, ਜੋ ਵੀ ਹੁਕਮ ਅਸੀਂ ਉਹਨਾਂ ਨੂੰ ਲਾਉਣੇ ਹੈ, ਅੱਗੇ ਹਟ ਕੇ ਅੱਗੇ ਲੱਗ ਕੇ ਉਹ ਹੁਕਮ ਪੂਰਾ ਕਰਦੇ, ਕਿਤੇ ਉਹਨਾਂ ਨੇ ਨਾ ਨਹੀਂ ਕੀਤੀ। ਇਸ ਕਰਕੇ ਮੈਂ ਸਰ ਰਣਜੀਤ ਸਿੰਘ ਜੀ ਨੂੰ, ਉਹਨਾਂ ਦੀ ਪਰਿਵਾਰ, ਉਹਨਾਂ ਦੀ ਆਪਣੀ ਕਾਬਲੀਅਤ ਕਰਕੇ ਮੈਂ ਉਹਨਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸੈਕਟਰੀ ਵੀ ਅਨਾਊਂਸ ਕਰਨਾ ਚਾਹੁੰਦਾ। ਸਰ ਜਗਜੀਤ ਸਿੰਘ ਜੀ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੋਈ ਨਾ ਕੋਈ ਜ਼ਿੰਮੇਵਾਰੀ ਜ਼ਰੂਰ ਦੇਵਾਂਗੇ। ਉਹਨਾਂ ਦੀ ਪਰਿਵਾਰ ਦੀ ਇੰਨੀ ਕੁਰਬਾਨੀ ਹੈ, ਉਹ ਆਪਣੇ ਆਪ ਕੰਮ ਕਰਨ, ਮਿਹਨਤ ਕਰਨ, ਦੋਨੋਂ ਭਰਾ ਲੱਗ ਕੇ, ਦੋਨੋਂ ਭਰਾ ਸਹੀ ਮਿਹਨਤ, ਮੇਰੇ
ਸਕੇ ਭਰਾਵਾਂ ਵਾਂਗੂ ਹੈ ਜਿਨ੍ਹਾਂ ਨੇ ਜਦੋਂ ਵੀ ਲੋੜ ਪਈ ਜਦੋਂ ਵੀ ਗੱਲ ਕੀਤੀ ਦੋਨੋਂ ਭਰਾ ਐਂ ਅੱਗ ਵਾਂਗੂ ਨਾਲ ਖੜ੍ਹਦੇ ਹੁੰਦੇ ਹੈ ਅਤੇ ਕਿਤੇ ਵੀ ਲੋੜ ਪਈ ਸਾ ਤੋਂ ਅੱਗੇ ਲੱਗਦੇ ਹੈ। ਤੁਹਾਡਾ ਸਾਰੇ ਦੀ ਸੰਗਤ ਆਈ ਹੈ ਆਪਣੇ ਬਜ਼ੁਰਗ ਜਸਦਾਰ ਜਗਦੇਵ ਸਿੰਘ ਜੀ ਤਲਵੰਡੀ ਨੂੰ ਆਪਣੇ ਗੁਰੂ ਘਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸ਼ਰਧਾਂਜਲੀ ਦੀ ਪੇਂਟ ਕਰਨ ਵਾਸਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਹੋਣ 'ਤੇ ਤੁਹਾਡਾ ਸਾਰੀ ਸੰਗਤ ਇੱਥੇ ਆਉਣ 'ਤੇ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374-75 ਸੈਕਟਰ 17D ਚੰਡੀਗੜ੍ਹ ਕੰਟੈਕਟ 0181-5044-999